ਆਸਾ ਕਰ ਲੋ, ਦਰਦੇ ਵੈ ਚੋਲੀ ਪਰ ਲੋ, ਤਾਰੇ ਤਾਰੇ ਲੋਕੋ ਸਭ ਨੂੰ, ਪੀਰ ਮੁਰਾਦਾਂ ਵਾਲਾ ਵੰਡਦਾ ਮੁਰਾਦਾਂ ਲੋਕੋ ਸਭ ਨੂੰ, ਪੀਰ ਮੁਰਾਦਾਂ ਵਾਲਾ ਚੂ ਕੋਈ 60-70 ਹਜ਼ਾਰ ਰੁਪਏ ਦਾ ਲੋਸ ਉਦੋਂ। ਫਿਰ ਮੈਂ ਟੈਗੋਰ ਦੇ ਵਿੱਚ ਮੈਂ ਦਾਖਲ ਹੋਇਆ ਅਤੇ ਸਾਡੀ ਗਲਤੀ ਇੰਨੀ ਸੀ ਕਿ ਅਸੀਂ ਇਜਾਜ਼ਤ ਨਹੀਂ ਲੈ ਸਕੇ। ਅਸੀਂ ਮੇਰੇ ਕਿਡਨੀਆਂ ਦੀ ਪ੍ਰੋਬਲਮ ਆ ਗਈ, ਇਸ ਟਾਈਮ ਮੇਰੀਆਂ ਦੋਨੋਂ ਕਿਡਨੀਆਂ ਖਰਾਬ ਹੈ। ਤੁਸੀਂ ਦੇਖ ਰਹੇ ਹੋ ਕੋਤਕ ਨਿਊਜ਼ ਰਿਪੋਰਟ ਅਤੇ ਮੈਂ ਹਰਦੀਪ ਸਿੰਘ। ਸਮਾਂ ਬਦਲਣ ਦੇ ਨਾਲ ਹਰ ਇੱਕ ਚੀਜ਼ ਬਦਲ ਜਾਂਦੀ ਹੈ। ਅੱਜ ਤੋਂ ਕੁਝ ਦਹਾਕੇ ਪਿੱਛੇ ਜਾਂਦੇ ਆ ਜਦੋਂ ਕਿ ਕੈਸਟਾਂ ਦਾ ਦੌਰ ਚੱਲਿਆ। ਕੈਸਟਾਂ ਦੇ ਵਿੱਚ ਜੋ ਸਿੰਗਰਾਂ ਗਾਇਕਾਂ ਦੀ ਜੋ ਜ਼ਿੰਦਗੀ ਕਿਸੇ ਦੀ ਤਾਂ ਬਦਲ ਗਈ, ਔਰ ਕਈ ਸਿੰਗਰ ਸੀ ਉਹ ਰੋਜ਼ੀ ਰੋਟੀ ਤੋਂ ਮਤਹਾਜ ਹੋ ਗਏ। ਕਾਰਨ ਕੀ ਸੀ? ਕਈ ਸਿੰਗਰ ਕੰਪਨੀ ਨਾਲ ਐਗਰੀਮੈਂਟ ਕਰਦੇ, ਔਰ ਐਗਰੀਮੈਂਟ ਕਰਨ ਤੋਂ ਬਾਅਦ ਜਦੋਂ ਸਿੰਗਰ ਉਹ ਚੱਲ ਜਾਂਦਾ ਤਾਂ ਜੋ ਕੰਪਨੀਆਂ ਉਹਨਾਂ ਨੂੰ ਪੈਸੇ ਵੀ ਨਾ ਦਿੰਦੀਆਂ। ਪਰ ਉਸ ਤੋਂ ਬਾਅਦ ਸਮਾਂ ਥੋੜ੍ਹਾ ਬਦਲਿਆ, ਜੋ ਸਮੇਂ ਦਾ ਦੌਰ ਬਦਲਿਆ। ਕੈਸਟਾਂ ਤੋਂ ਬਾਅਦ ਜੋ ਸੀ ਇਹ ਥਾਂ ਜੋ ਡਿਕਸਾਂ ਨੇ, ਜਾਂ ਡਿਕਸਾਂ ਨੇ ਲੈ ਲਈ। ਜੋ ਡਿਕਸਾਂ ਤੋਂ ਬਾਅਦ ਸੀਡੀਆਂ ਨੇ ਜੋ ਥਾਂ ਲਈ ਸੀ, ਇਸ ਤੋਂ ਬਾਅਦ ਮੈਮਰੀ ਕਾਰਡ ਆ ਗਏ, ਔਰ ਜੋ ਗੀਤਕਾਰੀ ਸੀ ਇਹ ਗੁੰਮਦੀ ਗੁੰਮਦੀ ਇੱਕ ਗੁੰਮਨਾਮ ਹੀ ਬਣ ਗਈ। ਕੁਝ ਸਿੰਗਰ ਜਿਨ੍ਹਾਂ ਦੀ ਆਵਾਜ਼ ਅਸੀਂ ਅੱਜ ਵੀ ਸੁਣਦੇ ਹਾਂ, ਪਰ ਉਹ ਗੁੰਮਨਾਮ ਚਿਹਰੇ ਜਿਨ੍ਹਾਂ ਨੂੰ ਚਿਹਰਿਆਂ ਨੂੰ ਕੋਈ ਅੱਜ ਇਨਸਾਨ ਦੇਖ ਨਹੀਂ ਸਕਦਾ, ਆਵਾਜ਼ ਜ਼ਰੂਰ ਸੁਣਦੀ ਹੈ। ਮੈਂ ਵੀ ਕਈ ਵਾਰ ਬਾਬਾ ਮਹਾਰਾਜ ਸ਼ਾਹ ਲਾਡੀ ਸਾਈਂ ਦੇ ਉੱਥੇ ਮੈਂ ਨਮਸਤਕ ਹੋਣ ਜਾਂਦਾ ਤਾਂ ਮੇਰੇ ਜਹਿਨ ਦੇ ਵਿੱਚ ਇੱਕ ਗੀਤ ਆਉਂਦਾ ਹੁੰਦਾ ਸੀਗਾ, ਔਰ ਮੇਰਾ ਵੀ ਦਿਲ ਬੜਾ ਬੇਤਾਬ ਸੀ ਕਿ ਉਸ ਸ਼ਖਸ ਉਸ ਇਨਸਾਨ ਉਸ ਸਿੰਗਰ ਨੂੰ ਮਿਲਿਆ ਜਾਵੇ। ਉਹ ਗੀਤ ਸੀ ਬਣਦਾ ਮਰਾਦਾ ਸਭ ਨੂੰ ਪੀਰ ਮਰਾਦਾ ਵਾਲਾ। ਜੀ ਹਾਂ, ਤੁਹਾਡੇ ਵੀ ਜੇ ਤੁਸੀਂ ਕਦੇ ਮਹਾਰਾਜ ਸ਼ਾਹ ਮੱਥਾ ਟੇਕਣ ਗਏ ਹੋ, ਲਾਡੀ ਸਾਹਿਬ ਵਿੱਕੀ ਸਿੰਘ ਗਏ ਹੋ, ਤੁਹਾਡੇ ਜਹਿਨ ਦੇ ਵਿੱਚ ਜ਼ਰੂਰ ਆਇਆ ਹੋਗਾ ਕਿ ਤੁਸੀਂ ਵੀ ਇਹ ਗੀਤ ਸੁਣਿਆ ਹੋਗਾ। ਇਹ ਜੋ ਗੀਤ ਸੀ ਬੋਪਰਵੇਂ ਕਲਾਂ ਦੇ ਸਿੰਗਰ, ਪੰਜਾਬੀ ਸਿੰਗਰ ਜੋ ਪਰਮਜੀਤ ਪੰਮਾ ਦਾ ਸੀ, ਉਹਨਾਂ ਨੇ ਗੀਤ ਗਾਇਆ ਸੀ। ਅੱਜ ਉਹ ਸਾਡੇ ਨਾਲ ਨੇ, ਗੱਲਬਾਤ ਉਹਨਾਂ ਦੇ ਕਰਾਂਗੇ। ਪਰਮਜੀਤ ਪੰਮਾ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਜੀ। ਮੈਂ NRI ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਮੈਨੂੰ ਇਹ ਦੁਨੀਆ 'ਤੇ ਇੱਕ ਸੱਚੀ ਗੱਲ ਕਹਿਣ ਦਾ ਮੌਕਾ ਦੇ ਰਹੇ ਨੇ। ਬਹੁਤ ਬਹੁਤ ਥੈਂਕ ਯੂ। ਇਹ ਪੰਮਾ ਸਾਹਿਬ, ਅਕਸਰ ਜਦੋਂ ਉਹਨਾਂ ਟਾਈਮਾਂ 'ਚ ਗੀਤ ਆਉਂਦੇ ਸੀ, ਰਿਲੀਜ਼ ਹੁੰਦੇ ਸੀ, ਮਾਰਕੀਟ 'ਚ ਆਉਂਦੇ ਸੀ, ਸਿੰਗਰਾਂ ਦਾ ਨਾਮ ਬਣਦਾ ਸੀਗਾ, ਗੀਤ ਤੋਂ ਹੀ ਸ਼ੁਰੂਆਤ ਕਰਾਂਗੇ, ਉਸ ਤੋਂ ਹੋਰ ਵੀ ਤੁਹਾਡੇ ਜੋ ਦਿਲ ਦੀਆਂ ਗੱਲਾਂ ਨੇ, ਗੱਲ ਤੁਹਾਡੇ ਜਨਮ ਬਾਰੇ ਵੀ ਕਰਾਂਗੇ, ਛੁਟਾੜਾਂਗੇ। ਤਾਂ ਪਰ ਪਹਿਲਾ ਸਵਾਲ ਮੇਰਾ ਇਹ ਹੈ ਕਿ ਜੋ ਗੀਤ ਸੀਗਾ ਉਹ ਤਮਰਾਜ ਸ਼ਾਹ ਲਾਡੀ ਸਾਈਂ ਦੇ ਦੱਸਣ ਨੂੰ ਮਿਲਦਾ, ਪਰ ਉਹ ਮਾਰਕੀਟ ਦੇ ਵਿੱਚੋਂ ਗੀਤ ਕਿਉਂ ਨਹੀਂ ਮਿਲਦਾ, ਕੀ ਕਾਰਨ ਹੈ? ਉਹ ਇਸ ਤਰ੍ਹਾਂ ਹੋਈ ਜੀ, ਅਸੀਂ ਉਹ ਜਿਸ ਵੇਲੇ ਟੇਪ ਤਿਆਰ ਕੀਤੀ, ਬਾਬੇ ਮੁਰਾਦ ਸ਼ਾਹ ਜੀ ਦੀ ਟੇਪ ਅਸੀਂ ਤਿਆਰ ਕੀਤੀ, ਅਲਮਸ ਦੇ ਸਰਪੁਰੀ ਜੀ, ਸਾਡੇ ਕੰਪਨੀ ਦੇ ਮਾਲਕ ਕੁਲਵਿੰਦਰ ਸਿੰਘ ਜੀ, ਰਮਨ ਗੈਸਟ ਕੰਪਨੀ ਦੇ ਮਾਲਕ, ਤੋ ਅਸੀਂ ਉਹ ਬਰਿੰਦਰ ਬਚਨ ਦਾ ਮਿਊਜ਼ਿਕ ਲਿਆ ਅਤੇ ਟੇਪ ਤਿਆਰ ਕਰਕੇ ਅਸੀਂ ਜਦ ਮੁਰਾਦ ਸ਼ਾਹ ਗਏ ਅਤੇ ਉੱਥੇ ਸਾਨੂੰ ਡੇਰੇ ਵਾਲਿਆਂ ਨੇ ਕਿਹਾ ਵੀ ਤੁਸੀਂ ਇਹ ਗਲਤ ਕੰਮ ਕੀਤਾ, ਵੀ ਤੁਹਾਨੂੰ ਇਸ ਤਰ੍ਹਾਂ ਕਰਨੀ ਨਹੀਂ ਚਾਹੀਦੀ ਸੀ। ਅਤੇ ਸਾਡੀ ਗਲਤੀ ਇੰਨੀ ਸੀ ਕਿ ਅਸੀਂ ਇਜਾਜ਼ਤ ਨਹੀਂ ਲੈ ਸਕੇ।
ਅਸੀਂ ਇਜਾਜ਼ਤ ਨਹੀਂ ਲਈ ਸੀ ਉਹਨਾਂ ਦੀ। ਅਸੀਂ ਕਿਹਾ ਵੀ ਅਸੀਂ ਕੋਈ ਮਾੜਾ ਕੰਮ ਕਰਨ ਨਹੀਂ ਲੱਗੇ, ਅਸੀਂ ਇੱਕ ਚੰਗਾ ਕੰਮ ਕਰਨ ਲੱਗੇ ਹਾਂ, ਵੀ ਸਾਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ। ਕੰਪਨੀ ਦੇ ਮਾਲਕ ਕੁਲਵਿੰਦਰ ਸਿੰਘ ਜੀ ਅਤੇ ਅਲਮਸ ਦੇਸਰਪੁਰੀ ਜੀ ਅਤੇ ਨਾਲ ਸਾਬੀ ਹਸਨ ਜੀ ਅਤੇ ਨਾਲ ਮੈਂ ਪਰਮਜੀਤ ਪੰਮਾ ਅਤੇ ਇੱਕ ਸਿੰਗਰ ਹੋਰ ਸੀ ਕਾਲੇ ਬੱਕਰੇ ਤੋਂ ਬਲਦੇਵ ਸਿੰਘ, ਉਹ ਵੀ ਸਾਡੇ ਨਾਲ ਸੀਗਾ। ਅਤੇ ਅਸੀਂ ਚਾਰ ਪੰਜ ਜਾਣੇ ਅਸੀਂ ਉੱਥੇ ਠਾਣੇ ਰਹੇ। ਫਿਰ ਸਵਾਮੀ ਕਾਲਵਾਂ ਵਾਲੇ ਜੀ ਆਏ, ਉਹਨਾਂ ਨੇ ਆਣ ਕੇ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਵੀ ਇਹ ਬੱਚਿਆਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ, ਤੁਸੀਂ ਬੱਚਿਆਂ ਨੂੰ ਛੱਡੋ। ਅਤੇ ਫਿਰ ਸਾਨੂੰ ਜੀ ਇਹਨਾਂ ਨੇ ਛੱਡ ਦਿੱਤਾ। ਅਤੇ ਜੋ ਕੈਸਟਾਂ ਸੀਗੀਆਂ ਸਾਰੀਆਂ ਉਹ ਇਹਨਾਂ ਦੇ ਕੋਲ, ਕਹਿੰਦੇ ਸਾਨੂੰ ਲਿਆ ਕੇ ਦੇ ਦਿਓ। ਅਤੇ ਇਸ ਕਰਕੇ ਫਿਰ ਉਹ ਕੈਸਟ ਮਾਰਕੀਟ 'ਚ ਨਹੀਂ ਆ ਸਕੀ। ਅਤੇ ਉਹ ਗਾਣਾ ਬਾਬੇ ਬਿੱਕੀ ਦੇ ਉੱਥੇ ਦਰਬਾਰ 'ਤੇ ਚੱਲਦਾ ਰਿਹਾ ਅਤੇ ਅੱਜ ਵੀ ਚੱਲਦਾ ਜੀ, ਅੱਜ ਵੀ ਚੱਲਦਾ ਹੈ, ਕਾਫੀ ਲੋਕਾਂ ਨੇ ਸੁਣਿਆ। ਜੋ ਦੇਖੋ ਜੀ ਉਹ ਕੈਸਟ ਤਿਆਰ ਹੋਈ ਤਕਰੀਬਨ ਕਿੰਨੇ ਕੁ ਪੈਸਿਆਂ ਦਾ ਉਸ ਟਾਈਮ ਦੇ ਵਿੱਚ ਘਾਟਾ ਪੈ ਸੀਗਾ? ਉਸ ਟਾਈਮ ਦੇ ਵਿੱਚ ਕੋਈ 60-70 ਹਜ਼ਾਰ ਰੁਪਏ ਦਾ ਲੋਸ ਉਦੋਂ ਹੋਇਆ, ਹਾਂਜੀ ਉਸ ਕੰਪਨੀ ਨੂੰ ਹੋਇਆ। ਉਸ ਜਦੋਂ ਇਹ ਕੈਸਟ ਤੋਂ ਬਾਅਦ ਤੁਸੀਂ ਕਹਿੰਦੇ ਕਿ ਬਾਹਰ ਵੀ ਗਏ ਸੀਗੇ, ਉਸ ਤੋਂ ਬਾਅਦ ਫਿਰ ਵਾਪਸ ਇੰਡੀਆ 'ਚ ਆ ਗਏ, ਉਸ ਦਾ ਆਉਣ ਦਾ ਕੀ ਕਾਰਨ ਸੀਗਾ? ਉਸ ਤੋਂ ਬਾਅਦ ਫਿਰ ਮੇਰੀ ਇੱਕ ਟੇਪ ਹੋਰ ਆਈ ਰੱਖਾਂ ਸਾਂਭ ਕੇ ਨਿਸ਼ਾਨੀ, 94 ਦੇ ਵਿੱਚ ਹੀ ਇਸੇ ਕੰਪਨੀ ਦੇ ਵਿੱਚ ਪੰਜਾਬੀ ਟੇਪ ਆਈ, ਉਹ ਕਾਫੀ ਅੱਛੀ ਰਹੀ। ਉਸ ਤੋਂ ਬਾਅਦ ਫਿਰ ਉਸ ਟੇਪ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਚਲਾ ਗਿਆ ਸੀ। ਚੰਡੀਗੜ੍ਹ ਮੈਂ ਸੁਰਿੰਦਰ ਬਚਨ ਜੀ ਦੇ ਨਾਲ ਅਸਿਸਟੈਂਟ ਤੌਰ 'ਤੇ ਕੰਮ ਕਰਦਾ ਰਿਹਾ, ਉੱਥੇ ਹਾਰਮੋਨੀਅਮ ਪਲੇ ਕਰਦਾ ਰਿਹਾ ਮੈਂ। ਫਿਰ 97 ਦੇ ਵਿੱਚ ਫਿਰ ਮੈਂ ਨਕੋਦਰਾ ਆ ਗਿਆ, ਨਕੋਦਰਾ ਆ ਕੇ ਆਫਿਸ ਬਣਾਇਆ ਮੈਂ, ਫਿਰ ਪ੍ਰੋਗਰਾਮ ਵਗੈਰਾ ਕਰਦਾ ਰਿਹਾ ਮੈਂ। ਉਸ ਤੋਂ ਬਾਅਦ ਫਿਰ ਪ੍ਰੋਗਰਾਮ ਕਰਦੇ ਕਰਦੇ ਫਿਰ 2005 ਵਿੱਚ ਮੈਂ ਜੁਆਇਨਿੰਗ ਮੇਰੀ ਸੈਂਟ ਜੂਸ ਕਾਨਵੈਂਟ ਸਕੂਲ, ਉੱਥੇ ਮੈਂ ਐਜ਼ ਏ ਮਿਊਜ਼ਿਕ ਟੀਚਰ ਮੇਰੀ ਜੁਆਇਨਿੰਗ ਹੋ ਗਈ। ਫਿਰ ਮੈਂ 10 ਸਾਲ ਜੋਬ ਕੀਤੀ, ਫਿਰ 2015 ਦੇ ਵਿੱਚ ਮੈਂ ਇੱਥੋਂ ਰਿਜ਼ਾਈਨ ਦੇ ਕੇ 2015 ਦਸੰਬਰ ਨੂੰ ਮੈਂ ਰਿਜ਼ਾਈਨ ਦਿੱਤਾ। ਫਿਰ 2016 ਦੇ ਵਿੱਚ 7 ਅਗਸਤ ਨੂੰ ਮੈਂ ਬਾਹਰ ਫਿਲਪਾਈਨ ਚਲਾ ਗਿਆ। ਫਿਲਪਾਈਨ ਜਾ ਕੇ ਫਿਰ ਮੈਂ ਉੱਥੇ ਬਿਮਾਰ ਹੋ ਗਿਆ,
ਮੇਰਾ ਐਕਸੀਡੈਂਟ ਹੋ ਗਿਆ ਅਤੇ ਮੇਰੀ ਬਾਂਹ ਫੈਕਚਰ ਹੋ ਗਈ। ਫਿਰ ਮੈਂ ਇੱਧਰ ਇਲਾਜ ਕਰਵਾਉਣ ਆਇਆ ਬਾਂਹ ਦਾ, ਵੀ ਮੈਂ ਇਲਾਜ ਕਰਾ ਕੇ ਮੈਂ ਵਾਪਸ ਚਲਾ ਜਾਊਂਗਾ। ਉਸ ਤੋਂ ਬਾਅਦ ਮੈਨੂੰ ਬੀ ਪੀ ਦੀ ਪ੍ਰੋਬਲਮ ਆ ਗਈ, ਮੇਰਾ ਹਾਰਟ ਵਧਣ ਲੱਗ ਗਿਆ ਅਤੇ ਫਿਰ ਮੈਂ ਟੈਗੋਰ ਦੇ ਵਿੱਚ ਮੈਂ ਦਾਖਲ ਹੋਇਆ। ਉਸ ਤੋਂ ਬਾਅਦ ਮੇਰੇ ਕਿਡਨੀਆਂ ਦੀ ਪ੍ਰੋਬਲਮ ਆ ਗਈ। ਇਸ ਟਾਈਮ ਮੇਰੀਆਂ ਦੋਨੋਂ ਕਿਡਨੀਆਂ ਖਰਾਬ ਹੈ ਅਤੇ ਮੈਂ ਹਫ਼ਤੇ ਬਾਅਦ ਡਾਇਲਸਿਸ ਕਰਵਾਉਣਾ ਆ। ਗੱਲ ਜੀ, ਫਿਰ ਆਪਾਂ ਥੋੜ੍ਹੀ ਜਿਹੀ ਵਾਪਸ ਜਾਂਦੇ ਹਾਂ। ਤੁਹਾਡਾ ਜਨਮ ਇਸੇ ਪਿੰਡ ਵਿੱਚ ਹੋਇਆ ਸੀ? ਮੇਰਾ ਜਨਮ ਹਾਂਜੀ ਬੋਪਾਰੇ ਕਲਾਂ। ਠੀਕ ਹੈ, ਅਤੇ ਉਸ ਤੋਂ ਬਾਅਦ ਸ਼ਾਦੀ ਤੋਂ ਬਾਅਦ ਅੱਜ ਪਰਿਵਾਰ ਦੇ ਵਿੱਚ ਕੌਣ ਕੌਣ ਰਹਿ ਰਹੇ? ਮੇਰੇ ਪਰਿਵਾਰ ਦੇ ਵਿੱਚ ਮੇਰੀ ਵਾਈਫ, ਤਿੰਨ ਮੇਰੇ ਬੇਟੀਆਂ ਆ ਅਤੇ ਵੱਡੀ ਬੇਟੀ ਮੇਰੀ ਪ੍ਰੀਆ, ਉਸ ਤੋਂ ਛੋਟੀ ਹੈ ਕ੍ਰਿਤਿਕਾ, ਉਸ ਤੋਂ ਛੋਟੀ ਹੈ ਤਨੀਸ਼ਾ। ਵੱਡੀ ਬੇਟੀ ਮੇਰੀ 8th ਕਲਾਸ ਵਿੱਚ ਪੜ੍ਹਦੀ ਹੈ, ਉਸ ਤੋਂ ਛੋਟੀ 5th ਵਿੱਚ ਹੈ, ਉਸ ਤੋਂ ਛੋਟੀ 2nd ਵਿੱਚ ਪੜ੍ਹਦੀ ਹੈ। ਜੋ ਕਿਡਨੀਆਂ ਦੇ ਗੁਰਦਿਆਂ ਦੀ ਪ੍ਰੋਬਲਮ ਆਈ, ਕਿੰਨੇ ਟਾਈਮ ਤੋਂ ਆ ਰਹੀ ਹੈ? ਇਹ ਮੈਨੂੰ ਸਾਲ ਹੋ ਗਿਆ ਜੀ। ਸਾਲ ਤੋਂ ਹੋ ਗਿਆ ਜੀ। 1 ਸਾਲ ਤੋਂ ਮੈਂ ਡਾਇਲਸਿਸ ਕਰਵਾ ਰਿਹਾ ਜੀ। ਅਤੇ ਦੂਜੇ ਤੁਸੀਂ ਸਾਨੂੰ ਅੱਖਾਂ ਬਾਰੇ ਵੀ ਦੱਸ ਰਹੇ ਕਿ ਜੋ ਨਿਗਾਹ ਉਸ 'ਚੋਂ ਤੁਸੀਂ ਹੁਣ ਬਹੁਤ ਘੱਟ ਦਿਖਾਈ ਦਿਖਦਾ ਜਾਂ ਬਿਲਕੁਲ ਦਿਸਦਾ ਨਹੀਂ ਜੀ? ਮੇਰੀ ਨਿਗਾਹ ਵੀ ਚਲੀ ਗਈ ਅੱਖਾਂ ਦੀ, ਕਿਉਂਕਿ ਮੈਨੂੰ ਸ਼ੂਗਰ ਦੀ ਪ੍ਰੋਬਲਮ ਸੀ, ਸ਼ੂਗਰ ਮੇਰੇ ਅੱਖਾਂ 'ਤੇ ਪੈ ਗਈ ਅਤੇ ਮੈਨੂੰ ਦਿਸਦਾ ਬਿਲਕੁਲ ਬਿਲਕੁਲ ਨਹੀਂ ਦਿਸਦਾ, ਬਹੁਤ ਘੱਟ ਦਿਸਦਾ। ਜਦੋਂ ਜੋ ਕੈਸਟ ਮਾਰਕੀਟ 'ਚ ਆਈ, ਕਹਿ ਸਕਦੇ ਕਿ ਮਾਰਕੀਟ ਵਿੱਚ ਪਈ ਰਹਿ ਗਈ, ਲੋਕਾਂ ਦੇ ਦਰਸ਼ਕਾਂ ਦੇ ਸਾਹਮਣੇ ਨਹੀਂ ਆਈ, ਉਸ ਤੋਂ ਬਾਅਦ ਕਦੇ ਮਰਾਸ਼ਾ ਡੇਰਾ ਜਾਂ ਵਿੱਕੀ ਸਾਈਂ ਤੁਸੀਂ ਗਏ ਸੀਗੇ? ਉਸ ਤੋਂ ਬਾਅਦ ਮੇਰਾ ਇੰਨਾ ਨਹੀਂ, ਮੈਂ ਗਿਆ ਨਹੀਂ ਮੁੜ ਕੇ, ਮੇਰਾ ਮਨ ਨਹੀਂ ਕੀਤਾ ਜਾਣ ਨੂੰ। ਤੁਸੀਂ ਗਏ ਨਹੀਂ ਕਦੇ? ਜੋ ਬਾਬਾ ਵਿੱਕੀ ਸਾਈਂ ਜਾਂ ਉੱਥੋਂ ਦੇ ਪ੍ਰਬੰਧਕਾਂ ਨੂੰ ਤੁਸੀਂ ਮਿਲੇ? ਹਾਂਜੀ। ਕਦੇ ਉੱਥੋਂ ਜੋ ਪ੍ਰਬੰਧਕ ਹੈਗਾ ਜੋ ਚਲਾਉਂਦਾ ਡੇਰਾ ਚਲਾ ਰਿਹਾ, ਅੱਜ ਵੀ ਚਲਾ ਰਿਹਾ, ਉਹਨਾਂ ਨੂੰ ਕਦੇ ਮਿਲਣ ਦੀ ਕੋਸ਼ਿਸ਼ ਕੀਤੀ? ਨਹੀਂ, ਮੈਂ ਨਹੀਂ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ। ਅਤੇ ਇੱਕ ਜੀ ਅਸੀਂ ਹੋਰ ਵੀ ਸੀ, ਹਾਰਮੋਨੀਅਮ ਦੇ ਕੇ ਅਸੀਂ ਅੱਜ ਵੀ ਪਿਆ, ਇਹ ਵਜਾ ਲੈਂਦੇ ਤੁਸੀਂ ਅੱਜ? ਹਾਂਜੀ, ਮਾੜਾ ਮੋਟਾ ਵਜਾ ਲਈਦਾ ਕਿਤੇ ਕਿਤੇ ਮਨ ਕਰੇ ਤਾਂ। ਇਹ ਤਾਂ ਲਗਾਤਾਰ ਨਹੀਂ ਰਿਆਜ਼ ਹੁੰਦਾ ਹੁਣ, ਕਿਉਂਕਿ ਸਿਹਤ ਇਜਾਜ਼ਤ ਨਹੀਂ ਦਿੰਦੀ ਉਹ ਜਿਹੀ। ਇੱਕ ਜੀ ਜੇਕਰ ਥੋੜ੍ਹੀ ਜਿਹੀ ਕੋਸ਼ਿਸ਼ ਕਰ ਸਕਦੇ ਗਾਉਣ ਦੀ, ਉਹ ਗੀਤ ਜੋ ਵੰਡਦਾ ਮਰਾਦਾ ਸਾਨੂੰ ਪੀਰ ਮਰਾਦਾ ਵਾਲਾ। ਹਾਂ ਬਿਲਕੁਲ ਬਿਲਕੁਲ, ਇੱਦਾਂ ਹੀ ਆਪਣੇ। ਹਾਂਜੀ ਇੱਦਾਂ ਹੀ ਸਰ, ਇਹ ਦੇਖੋ। ਪੂਰੀ ਏ ਆਸਾ ਕਰ ਲੋ, ਦਰ ਤੇ ਵੈ ਚੋਲੀ ਪਰ ਲੋ, ਤਾਰੇ ਤਾਰੇ ਲੋਕੋ ਸਭ ਨੂੰ, ਪੀਰ ਮੁਰਾਦਾਂ ਵਾਲਾ ਵੰਡਦਾ ਮੁਰਾਦਾਂ ਲੋਕੋ ਸਭ ਨੂੰ, ਪੀਰ ਮੁਰਾਦਾਂ ਵਾਲਾ। ਬਿਲਕੁਲ ਜੀ, ਬਹੁਤ ਵਧੀਆ, ਬਹੁਤ ਚੰਗਾ। ਅੱਜ ਜੋ ਆਵਾਜ਼ ਸੁਣਦੇ ਸੀ ਉੱਥੇ ਸੁਣਦੇ ਸੀ, ਅੱਜ ਹਕੀਕਤ ਦੇ ਵਿੱਚ ਆਵਾਜ਼ ਸੁਣਨ ਨੂੰ ਮਿਲੀ ਤਾਂ ਬੜਾ ਵਧੀਆ ਸੁਣਨ ਲੱਗਿਆ। ਇਸ ਤੋਂ ਬਾਅਦ ਅੱਜ ਹੁਣ ਜੋ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ, ਕਿੱਦਾਂ ਪਰਿਵਾਰ ਜੋ ਖਰਚਾ ਵੀ ਹੁੰਦਾ, ਅਸੀਂ ਬਿਮਾਰ ਹੋ, ਖਰਚਾ ਕਿੱਦਾਂ ਚੱਲਦਾ ਜੀ ਸਾਡਾ? ਉਹ ਇਸ ਤਰ੍ਹਾਂ ਵੀ ਮੇਰਾ ਦੋਸਤ ਜਿਹੜਾ ਮੈਨੂੰ ਬਾਹਰ ਲੈ ਕੇ ਗਿਆ ਸੀਗਾ, ਸੁੱਖਾ ਨਵੇਂ ਪਿੰਡ ਵਾਲਾ, ਹਾਂਜੀ, ਉਹ ਅੱਜ ਵੀ ਮੇਰੀ ਹੈਲਪ ਕਰਦਾ ਹੈ।
ਸਾਡਾ ਸੁੱਖਾ ਨਵੇਂ ਪਿੰਡ ਵਾਲਾ ਅਤੇ ਸਾਡੇ ਹਰਪਾਲ ਭਾਅ ਜੀ ਅਤੇ ਇੱਕ ਮੇਰੀ ਭੂਆ ਦੇ ਮੁੰਡੇ ਹੈ ਹੀਰਾ ਲਾਲ ਬ੍ਰਦਰਸ ਹੀਰਾ ਲਾਲ ਸਿੰਘ ਬ੍ਰਦਰਸ ਉਹ ਸਾਰੇ ਮੇਰੀ ਹੈਲਪ ਕਰਦੇ ਹੈ ਬਾਕੀ ਸੱਜੇ ਖੱਬੇ ਪਿੰਡ ਵਾਲੇ ਵੀ ਬਹੁਤ ਸਾਥ ਦਿੰਦੇ ਆ ਬਾਕੀ ਜਿਹੜੇ ਜਿਨ੍ਹਾਂ 'ਤੇ ਮੈਨੂੰ ਉਮੀਦ ਸੀ ਵੀ ਇਹ ਮੇਰੇ ਨਾਲ ਖੜਨਗੇ ਉਹ ਨਹੀਂ ਖੜਦੇ ਪਰ ਜਿਨ੍ਹਾਂ 'ਤੇ ਨਹੀਂ ਉਮੀਦ ਸੀ ਉਹ ਅੱਜ ਮੇਰੇ ਨਾਲ ਖੜੇ ਹੋ ਦੇਖੋ ਜਦੋਂ ਇਨਸਾਨ ਦਾ ਚਾਰ ਪੈਸੇ ਕੋਲ ਆਉਂਦਾ ਹਰ ਇੱਕ ਇਨਸਾਨ ਕੋਲ ਆਉਂਦਾ ਪਿਆਰ ਜਿਤਾਉਂਦਾ ਪਰ ਅੱਜ ਦੇ ਸਮਾਂ 'ਚੋਂ ਚੱਲ ਰਿਹਾ ਕਿੰਨੇ ਕੁ ਲੋਕ ਸਾਥ ਦੇ ਰਹੇ ਬਹੁਤ ਸਾਥ ਦੇ ਰਹੇ ਆ ਲੋਕ ਹਾਂਜੀ ਅਤੇ ਪਰ ਉਹੀ ਮੈਂ ਦੱਸਦਾ ਵੀ ਜਿਹੜੇ ਜਿਸ ਤਰ੍ਹਾਂ ਮੈਂ ਸੰਗੀਤ ਦੀ ਤਲੀਮ ਮੇਰੇ ਗੁਰੂ ਜੀ ਆਰ ਪੀ ਰਾਣਾ ਜੀ ਉਹਨਾਂ ਕੋਲੋਂ ਮੈਂ ਸੰਗੀਤ ਦੀ ਤਲੀਮ ਲਈ ਤੋ ਮੈਨੂੰ ਦੇਖ ਕੇ ਹੀ ਮੇਰੇ ਨਾਲ ਸੰਪਰਕ ਹੋਇਆ ਲੈਂਬਰਸੈਨਪੁਰੀ ਦਾ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਕਿੱਥੋਂ ਸਿੱਖਦਾ ਫਿਰ ਮੈਂ ਦੱਸਿਆ ਵੀ ਮੈਂ ਗੁਰੂ ਜੀ ਆਰ ਪੀ ਰਾਣਾ ਜੀ ਕੋਲ ਸਿੱਖਦਾ ਉਹ ਵੀ ਫਿਰ ਮੇਰੇ ਕਹੇ 'ਤੇ ਫਿਰ ਉਹ ਉੱਥੋਂ ਸਿੱਖਣ ਲੱਗੇ ਮੇਰੇ ਗੁਰਭਾਈ ਹੈ ਲੈਂਬਰਸੈਨਪੁਰੀ ਜੀ ਵੀ ਅਤੇ ਔਰ ਕੰਠ ਕਲੇਰ ਵੀ ਜੋ ਕਿੰਨੇ ਵੀ ਸਾਡੇ ਦਰਸ਼ਕ ਤੁਹਾਨੂੰ ਦੇਖ ਰਿਹਾ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਮੈਂ ਇਹੀ ਕਹਿਣਾ ਚਾਹੁੰਦਾ ਬਈ ਹੌਂਸਲਾ ਦੇਣਾ ਚਾਹੀਦਾ ਹੈ ਦੁੱਖ ਸੁੱਖ ਤਾਂ ਬੰਦੇ ਦੀ ਜ਼ਿੰਦਗੀ ਦੇ ਨਾਲ ਆਉਂਦੇ ਜਾਂਦੇ ਰਹਿੰਦੇ ਨੇ ਅਤੇ ਜਿਹੜੇ ਮੇਰੀ ਹੈਲਪ ਕਰਦੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਅਤੇ ਜਿਹੜੇ ਮੇਰੀ ਨਹੀਂ ਵੀ ਹੈਲਪ ਕਰਦੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਵੀ ਉਹ ਮੈਨੂੰ ਸਮਾਂ ਦਿਖਾ ਦਿੰਦੇ ਹੈ ਵੀ ਕਿਹੋ ਜਿਹੇ ਬੰਦੇ ਦੇ ਹਾਲਾਤ ਬਣ ਜਾਂਦੇ ਨੇ ਅਤੇ ਥੈਂਕ ਯੂ ਐੱਨ ਆਰ ਆਈ ਚੈਨਲ ਵਾਲਿਆਂ ਦਾ ਬਹੁਤ ਬਹੁਤ ਮੈਂ ਧੰਨਵਾਦੀ ਹਾਂ ਥੈਂਕ ਯੂ ਇਹ ਤਾਂ ਸਾਡੇ ਨਾਲ ਅਸੀਂ ਪੰਜਾਬੀ ਲੋਕ ਗਾਇਕ ਪਰਮਜੀਤ ਪੰਮਾ ਉਹਨਾਂ ਨਾਲ ਅਸੀਂ ਅੱਜ ਮੁਲਾਕਾਤ ਕੀਤੀ ਜੇਕਰ ਤੁਸੀਂ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਜੋ ਪਿੰਡ ਹੈ ਬੋਪਰ ਹੈ ਕਲਾ ਜੋ ਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਔਰ ਨਕੋਦਰ ਦੇ ਬਿਲਕੁਲ ਨਜ਼ਦੀਕ ਹੈ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਇਹਨਾਂ 'ਚ ਕੋਈ ਹੈਲਪ ਕਰਨਾ ਚਾਹੁੰਦੇ ਤੁਸੀਂ ਹੈਲਪ ਮਦਦ ਵੀ ਕਰ ਸਕਦੇ ਹੋ ਸਾਡੀ ਇੰਟਰਵਿਊ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕੈਮਰਾ ਪਰਸਨ ਦਵਿੰਦਰ ਸੈਮ ਦੇ ਨਾਲ ਹਰਦੀਪ ਸਿੰਘ ਨਕੋਦਰ ਨਿਜਰੋਟ ਪਿੰਡ ਬੋਪਰ ਹੈ ਕਲਾ ਪਰਮਜੀਤ ਪੰਮਾ ਬਹੁਤ ਹੀ ਖੂਬਸੂਰਤ ਗਾਇਕ ਆ ਉਹ ਅਸੀਂ ਮੈਂ ਉਹਨੂੰ ਕਾਲਜ ਤੋਂ ਹੀ ਜਾਣਦਾ ਕਾਲਜ ਦੇ ਸਮੇਂ ਜਿੰਨਾ ਖੂਬਸੂਰਤ ਪਰਮਜੀਤ ਪੰਮਾ ਗਾਉਂਦਾ ਸੀ ਓਨਾ ਖੂਬਸੂਰਤ ਗਾਉਣ ਵਾਲਾ ਮੈਨੂੰ ਅੱਜ ਤਾਈਂ ਲੱਭਿਆ ਨਹੀਂ ਪਰ ਇਹ ਆ ਵੀ ਕਾਲਜ ਦੇ ਸਮੇਂ ਉਹ ਇੱਥੇ ਰਜਿੰਦਰ ਰਾਣਾ ਸੀ ਉਸਤਾਦ ਜੀ ਜਿਹੜੇ ਸੰਗੀਤ ਦੀ ਸਿੱਖਿਆ ਦਿੰਦੇ ਸੀ ਉਹਨਾਂ ਕੋਲੋਂ ਪਰਮਜੀਤ ਨੇ ਜਿਹੜੀ ਆ ਸੰਗੀਤ ਦੀ ਸਿੱਖਿਆ ਲਈ ਉਹਦੇ ਸਮੇਂ ਦੇ ਜਿਹੜੇ ਗਾਇਕ ਆ ਜਿਹੜੇ ਉਹਦੇ ਨਾਲ ਜਿਨ੍ਹਾਂ ਨੇ ਇਹ ਗਾਇਆ ਤਰੱਕੀ ਕੀਤੀ ਆ ਜਿੱਦਾਂ ਆਪਾਂ ਮੱਖਣ ਕਹਿ ਲਈਏ ਕਲੇਰ ਕੰਠ ਕਹਿ ਲਈਏ ਇਹ ਉਸ ਸਮੇਂ ਦੇ ਗਾਇਕ ਆ ਅਤੇ ਪੰਮਾ ਜਦੋਂ ਗਾਉਂਦਾ ਸੀ ਸਟੇਜ 'ਤੇ
ਹਰਮੋਨੀਅਮ ਦੇ ਨਾਲ ਗੋਰਾ ਰੰਗ ਟਿੱਬਿਆਂ ਦੀ ਰੇਤਾ ਅਤੇ ਹਵਾ ਆਈ ਉੱਡ ਜਾਣਾ ਅਤੇ ਲੋਕ ਪੰਮੇ ਨੂੰ ਸੁਣਦੇ ਸੀ। ਇਹ ਤਾਂ ਬਾਈ ਚਾਂਸ ਪੰਮੇ ਨੂੰ ਚਾਂਸ ਨਹੀਂ ਮਿਲਿਆ ਜਿਹੜੀ ਉਹਨਾਂ ਨੇ ਇੱਥੇ ਡੇਰੇ ਬਾਰੇ ਕੈਸਟ ਕੀਤੀ ਸੀ। ਉਹ ਕੈਸਟ ਵੀ ਜਿਹੜੀ ਆ ਉਹ ਘੱਟੇ ਕੋਟੀ ਰੁਲ ਗਈ ਸੀ। ਉਦੋਂ ਵੀ ਸੰਤ ਪ੍ਰਕਾਸ਼ਾਨੰਦ ਸਵਾਮੀ ਜਿਹੜੇ ਬੜੇ ਵੱਡੇ ਦੇਸ਼ ਭਗਤ ਸੀ ਉਹਨਾਂ ਨੇ ਪੰਮੇ ਹੋਣਾਂ ਨੂੰ ਛਡਾਇਆ ਸੀ। 3 ਦਿਨ ਜੇਲ੍ਹ 'ਚ ਵੀ ਰਹਿਣਾ ਪਿਆ ਸੀ ਉਹਨਾਂ ਨੂੰ ਉਸ ਸਮੇਂ, ਅਤੇ ਇਸ ਸਮੇਂ ਪੰਮੇ ਦੀ ਹਾਲਤ ਜਿਹੜੀ ਆ ਉਹ ਜਿਹੜੀ ਆ ਦੇਖਿਆ ਦੇਖਣੀ ਹੁੰਦੀ। ਜਿਹੜੀ ਆਰਥਿਕ ਤੰਗੀ ਦੀ ਆ ਬਿਮਾਰੀ 'ਤੇ ਵੀ ਪੈਸੇ ਲੱਗਦੇ ਆ, ਅਤੇ ਮੈਂ ਚਾਹੁੰਦਾ ਬਈ ਭਾਵੇਂ ਕੋਈ ਤਿਲ ਫੁੱਲ ਪੰਮੇ ਦੀ ਜਿਹੜੀ ਆ ਉਹ ਮਦਦ ਜਿਹੜਾ ਵੀ ਕੋਈ ਕਰ ਸਕਦਾ ਸੱਜਣ ਉਹਨੂੰ ਜ਼ਰੂਰ ਕਰਨੀ ਚਾਹੀਦੀ।